ਮਾਈਨਿੰਗ ਕਰਨ ਦੇ ਲਈ ਗਏ ਟਰੈਕਟਰ ਨਦੀ ਦੇ ਵਿਚਕਾਰ ਹੀ ਫਸ ਗਏ ਨੇ ਲਗਾਤਾਰ 2 ਦਿਨਾਂ ਤੋਂ ਭਾਰੀ ਬਰਸਾਤ ਹੋ ਰਹੀ ਹੈ ਤੇ ਇਸੇ ਵਿਚਕਾਰ 4 ਟਰੈਕਟਰ ਜਦੋਂ ਨਦੀ ਦੇ ਵਿੱਚ ਮਾਈਨਿੰਗ ਦੇ ਲਈ ਉਤਰਦੇ ਨੇ ਤਾਂ ਅਚਾਨਕ ਹੀ ਨਦੀ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪਾਣੀ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਵਧ ਜਾਂਦਾ ਹੈ ਜਿਸ ਤੋਂ ਬਾਅਦ ਇਹ ਚਾਰੋਂ ਹੀ ਟਰੈਕਟਰ ਪਾਣੀ 'ਚ ਫਸ ਜਾਂਦੇ ਨੇ ਹਾਲਾਂਕਿ ਪਹਿਲਾਂ ਤਾਂ ਡਰਾਈਵਰ ਵੀ ਇਹਨਾਂ ਦੇ ਵਿਚਕਾਰ ਹੀ ਫਸੇ ਹੋਏ ਸੀ ਬੜੀ ਮੁਸ਼ਕਲ ਦੇ ਨਾਲ ਰੱਸਿਆਂ ਦੀ ਮਦਦ ਦੇ ਨਾਲ ਇਹਨਾਂ ਨੂੰ ਰੈਸਕਿਊ ਕੀਤਾ ਗਿਆ ਉੱਥੇ ਹੀ ਹੁਣ ਟਰੈਕਟਰ ਜੋ ਨੇ ਇਹ ਤਸਵੀਰਾਂ ਉਸ ਦੀਆਂ ਸਾਹਮਣੇ ਆਈਆਂ ਨੇ ਜਿਸ ਤੋਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਟਰੈਕਟਰ ਨੇ ਉਹ ਪਾਣੀ ਦੇ ਵਿੱਚ ਫਸੇ ਹੋਏ ਨੇ ਤਾਂ ਝਾਰਖੰਡ ਤੋਂ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਝਾਰਖੰਡ ਦੇ ਵਿੱਚ ਲਗਾਤਾਰ ਦੋ ਦਿਨਾਂ ਤੋਂ ਭਾਰੀ ਬਰਸਾਤ ਹੋ ਰਹੀ ਹੈ ਲੋਕਾਂ ਦਾ ਘਰੋਂ ਨਿਕਲਣਾ ਕਾਫੀ ਮੁਸ਼ਕਲ ਹੋ ਚੁੱਕਾ ਹੈ ਪਰ ਇਸੇ ਦੇ ਵਿਚਕਾਰ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਚਾਰ ਟਰੈਕਟਰ ਲੈ ਕੇ ਮਾਈਨਿੰਗ ਕਰਨ ਦੇ ਲਈ ਨਦੀ ਦੇ ਵਿੱਚ ਉਤਰੇ ਤਾਂ ਅਚਾਨਕ ਹੀ ਪਾਣੀ ਕਾਫੀ ਜ਼ਿਆਦਾ ਵੱਧ ਗਿਆ ਹਾਲਾਂਕਿ ਖਤਰੇ ਨੂੰ ਦੇਖਦੇ ਹੋਏ ਜੋ ਚਾਲਕ ਸੀ ਉਹ ਪਹਿਲਾਂ ਤਾਂ ਟਰੈਕਟਰ ਦੇ ਉੱਪਰ ਚੜਦੇ ਨੇ ਮਦਦ ਦੇ ਲਈ ਆਵਾਜ਼ਾਂ ਲਗਾਉਂਦੇ ਨੇ ਤੇ ਮੌਕੇ ਦੇ ਉੱਤੇ ਪਹੁੰਚੇ ਲੋਕਾਂ ਦੇ ਵੱਲੋਂ ਇਹਨਾਂ ਨੂੰ ਬੜੀ ਮੁਸ਼ਕਲ ਦੇ ਨਾਲ ਰੈਸਕਿਊ ਕੀਤਾ ਗਿਆ ਹਾਲਾਂਕਿ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਟਰੈਕਟਰ ਹੈ ਉਹ ਨਦੀ ਦੇ ਵਿੱਚ ਫਸੇ ਹੋਏ ਨੇ ਵਹਾਅ ਇੰਨਾ ਜ਼ਿਆਦਾ ਨਦੀ ਦਾ ਕਿ ਇਸ ਦੇ ਵਿੱਚ ਕਿਸੇ ਦਾ ਵੀ ਵੜਨਾ ਕਾਫੀ ਮੁਸ਼ਕਲ ਦੱਸਿਆ ਜਾ ਰਿਹਾ ਤਾਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ ਝਾਰਕਣ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਮਾਈਨਿੰਗ ਕਰਨ ਗਏ ਟਰੈਕਟਰ ਨਦੀ ਦੇ ਵਿਚਕਾਰ ਹੀ ਫਸ ਗਏ ਨੇ ਮਾਈਨਿੰਗ ਕਰਨ ਦੇ ਲਈ ਗਏ ਟਰੈਕਟਰ ਨਦੀ ਦੇ ਵਿਚਕਾਰ ਹੀ ਫਸ ਗਏ ਨੇ ਲਗਾਤਾਰ ਦੋ ਦਿਨਾਂ ਤੋਂ ਭਾਰੀ ਬਰਸਾਤ ਹੋ ਰਹੀ ਹੈ ਤੇ ਇਸੇ ਵਿਚਕਾਰ ਚਾਰ ਟਰੈਕਟਰ ਜਦੋਂ ਨਦੀ ਦੇ ਵਿੱਚ ਮਾਈਨਿੰਗ ਦੇ ਲਈ ਉਤਰਦੇ ਨੇ ਤਾਂ ਅਚਾਨਕ ਹੀ ਨਦੀ ਦੇ ਵਿੱਚ ਕਿਹਾ ਜਾ ਰਿਹਾ ਕਿ ਪਾਣੀ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਵਧ ਜਾਂਦਾ ਹੈ ਜਿਸ ਤੋਂ ਬਾਅਦ ਇਹ ਚਾਰੋਂ ਹੀ ਟਰੈਕਟਰ ਪਾਣੀ 'ਚ ਫਸ ਜਾਂਦੇ ਨੇ ਹਾਲਾਂਕਿ ਪਹਿਲਾਂ ਤਾਂ ਡਰਾਈਵਰ ਵੀ ਇਹਨਾਂ ਦੇ ਵਿੱਚਕਾਰ ਹੀ ਫਸੇ ਹੋਏ ਸੀ ਬੜੀ ਮੁਸ਼ਕਲ ਦੇ ਨਾਲ ਰੱਸਿਆਂ ਦੀ ਮਦਦ ਦੇ ਨਾਲ ਇਹਨਾਂ ਨੂੰ ਰੈਸਕਿਊ ਕੀਤਾ ਗਿਆ ਉੱਥੇ ਹੀ ਹੁਣ ਟਰੈਕਟਰ ਜੋ ਨੇ ਇਹ ਤਸਵੀਰਾਂ ਉਸ ਦੀਆਂ ਸਾਹਮਣੇ ਆਈਆਂ ਨੇ ਜਿਸ ਤੋਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਟਰੈਕਟਰ ਨੇ ਉਹ ਪਾਣੀ ਦੇ ਵਿੱਚ ਫਸੇ ਹੋਏ ਨੇ ਤਾਂ ਝਾਰਖੰਡ ਤੋਂ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਝਾਰਖੰਡ ਦੇ ਵਿੱਚ ਲਗਾਤਾਰ ਦੋ ਦਿਨਾਂ ਤੋਂ ਭਾਰੀ ਬਰਸਾਤ ਹੋ ਰਹੀ ਹੈ ਲੋਕਾਂ ਦਾ ਘਰੋਂ ਨਿਕਲਣਾ ਕਾਫੀ ਮੁਸ਼ਕਲ ਹੋ ਚੁੱਕਾ ਹੈ ਪਰ ਇਸੇ ਦੇ ਵਿਚਕਾਰ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਚਾਰ ਟਰੈਕਟਰ ਲੈ ਕੇ ਮਾਈਨਿੰਗ ਕਰਨ ਦੇ ਲਈ ਨਦੀ ਦੇ ਵਿੱਚ ਉਤਰੇ ਤਾਂ ਅਚਾਨਕ ਹੀ ਪਾਣੀ ਕਾਫੀ ਜ਼ਿਆਦਾ ਵੱਧ ਗਿਆ ਹਾਲਾਂਕਿ ਖਤਰੇ ਨੂੰ ਦੇਖਦੇ ਹੋਏ ਜੋ ਚਾਲਕ ਸੀ ਉਹ ਪਹਿਲਾਂ ਤਾਂ ਟਰੈਕਟਰ ਦੇ ਉੱਪਰ ਚੜਦੇ ਨੇ ਮਦਦ ਦੇ ਲਈ ਆਵਾਜ਼ਾਂ ਲਗਾਉਂਦੇ ਨੇ ਤੇ ਮੌਕੇ ਦੇ ਉੱਤੇ ਪਹੁੰਚੇ ਲੋਕਾਂ ਦੇ ਵੱਲੋਂ ਇਹਨਾਂ ਨੂੰ ਬੜੀ ਮੁਸ਼ਕਲ ਦੇ ਨਾਲ ਰੈਸਕਿਊ ਕੀਤਾ ਗਿਆ ਹਾਲਾਂਕਿ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਟਰੈਕਟਰ ਹੈ ਉਹ ਨਦੀ ਦੇ ਵਿੱਚ ਫਸੇ ਹੋਏ ਨੇ ਵਹਾਅ ਇੰਨਾ ਜ਼ਿਆਦਾ ਨਦੀ ਦਾ ਕਿ ਇਸ ਦੇ ਵਿੱਚ ਕਿਸੇ ਦਾ ਵੀ ਵੜਨਾ ਕਾਫੀ ਮੁਸ਼ਕਲ ਦੱਸਿਆ ਜਾ ਰਿਹਾ ਤਾਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ ਝਾਰਕਣ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਮਾਈਨਿੰਗ ਕਰਨ ਗਏ ਟਰੈਕਟਰ ਨਦੀ ਦੇ ਵਿੱਚਕਾਰ ਹੀ ਫਸ ਗਏ ਨੇ